ਪਾਠ ਤੀਜਾ ਅੱਖਰਾਂ ਜਾਂ ਵਰਣਬੋਧ ਅੱਖਰਾਂ ਜਾਂ ਵਰਣਬੋਧ ਬੱਚਿਓ ਗੱਲਬਾਤ ਕਰਨ ਸਮੇ ਸਾਡੇ ਮੂੰਹ ਵਿੱਚੋਂ ਕੁਝ ਆਵਾਜ਼ਾਂ ਨਿਕਲਦੀਆਂ ਹਨ ਇਹਨਾਂ ਆਵਾਜ਼ਾਂ ਨੂੰ ਵਿਆਕਰਣ ਵਿੱਚ ਧੁਨੀਆਂ ਦਾ ਨਾਮ ਦਿੱਤਾ ਜਾਂਦਾ ਹੈ ਜਦੋਂ ਧੁਨੀਆਂ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਅੱਖਰਾਂ ਜਾਂ ਵਰਣ ਆਖਦੇ ਹਨ ਅੱਖਰਾਂ ਜਾਂ ਵਰਣ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੇ ਹਨ ਇਹ ਮੂੰਹੋਂ ਨਿਕਲਣ ਵਾਲੀਆਂ ਧੁਨੀਆਂ ਹੀ ਹੁੰਦੀਆਂ ਹਨ ਧੁਨੀਆਂ ਨੂੰ ਅੱਖਰਾਂ ਨਾਲ ਹੀ ਅੰਕਿਤ ਕੀਤਾ ਜਾਂਦਾ ਹੈ ਅੱਖਰ ਨੂੰ ਹੋਰ ਹਿੱਸਿਆਂ ਵਿੱਚ ਵੰਡਿਆ ਨਹੀਂ ਜਾ ਸਕਦਾ ਜਿਵੇਂ ਊੜਾ ਐੜਾ ਈੜੀ ਸਸਾ ਆਦਿ ਗੁਰਮੁਖੀ ਲਿਪੀ ਵਿੱਚ ਕੁੱਲ 41 ਅੱਖਰ ਜਾਂ ਵਰਣ ਹਨ ਇਹ ਸਾਰੇ ਮੁੱਖ ਵਰਗ ਤੋਂ ਲੈ ਕੇ ਨਵੀਨ ਵਰਗ ਤੱਕ ਅਠਾਂ ਵਰਗਾਂ ਵਿੱਚ ਲਿਖੇ ਜਾਂਦੇ ਹਨ ਅੱਖਰ ਜਾਮ ਵਰਣ ਬੋਧ ਦੀਆਂ ਕਿਸਮਾਂ ਅੱਖਰ ਜਾਮ ਵਰਣ ਦੋ ਤਰ੍ਹਾਂ ਦੇ ਹੁੰਦੇ ਹਨ ਪਹਿਲਾ ਸਵਰ ਦੂਜਾ ਵਿਅੰਜਨ ਸਵਰ ਜਿਹੜੇ ਅੱਖਰ ਹੋਰ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਂਦੇ ਹਨ ਉਹ ਸਵਰ ਅੱਖਰ ਖਵਾਉਂਦੇ ਹਨ ਊੜਾ ਐੜਾ ਈੜੀ ਪੰਜਾਬੀ ਵਿੱਚ ਤਿੰਨ ਸਵਰ ਅੱਖਰ ਹਨ ਤਿੰਨ ਸਵਰ ਅੱਖਰਾਂ ਨਾਲ ਲਗਾ ਦੀ ਵਰਤੋਂ ਕਰਨ ਨਾਲ 10 ਸਵਰ ਧੁਨੀਆਂ ਬਣਦੀਆਂ ਹਨ ਐੜਾ ਐੜੇ ਨੂੰ ਕੰਨਾ ਆ ਈੜੀ ਨੂੰ ਬਿਹਾਰੀ ਈ ਈੜੀ ਨੂੰ ਸਿਹਾਰੀ ਈ ਊੜੇ ਨੂੰ ਔਂਕੜ ਊ ਊੜੇ ਨੂੰ ਦੁਲੈਂਕੜ ਊ ਈੜੀ ਨੂੰ ਲਾਂ ਏ ਐੜੇ ਨੂੰ ਦੁਲਾਵਾਂ ਐ ਊੜੇ ਨੂੰ ਹੋੜਾ ਔ ਐੜੇ ਨੂੰ ਕਨੌੜਾ ਔ ਵਿਅੰਜਨ ਜਿਹੜੇ ਅੱਖਰ ਸਵਾਰ ਅੱਖਰਾਂ ਦੀ ਸਹਾਇਤਾ ਨਾਲ ਬੋਲੇ ਜਾਣ ਉਹ ਵਿਅੰਜਨ ਖਵਾਉਂਦੇ ਹਨ ਪੰਜਾਬੀ ਵਰਣਮਾਲਾ ਵਿੱਚ ਸ ਸ ਤੋਂ ਲੈ ਕੇ ਲੱਲੇ ਪੈਰ ਬਿੰਦੀ ਵ ਤੱਕ ਕੁੱਲ 38 ਵਿਅੰਜਨ ਅੱਖਰ ਹਨ ਵਿਅੰਜਨ ਸ ਹ ਹ ਕ ਕ ਖ ਖ ਗ ਗ ਘ ਘ ਅੰਗ ਚ ਚ ਛ ਛ ਜ ਜ ਝ ਝ ਯ ਯ ਟ ਟ ਠ ਠ ਡ ਡ ਢ ਢ ਣ ਣ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਡਾੜਾ ਸਸੇ ਪੈਰ ਬਿੰਦੀ ਸ਼ ਖਖੇ ਪੈਰ ਬਿੰਦੀ ਖ ਗੱਗੇ ਪੈਰ ਬਿੰਦੀ ਗ ਜੱਜੇ ਪੈਰ ਬਿੰਦੀ ਜ਼ ਫਫੇ ਪੈਰ ਬਿੰਦੀ ਫ ਲੱਲੇ ਪੈਰ ਬਿੰਦੀ ੜ ਵਿਅੰਜਨ ਦੀਆਂ ਕਿਸਮਾਂ ਵਿਅੰਜਨ ਦੋ ਕਿਸਮ ਦੇ ਹੁੰਦੇ ਹਨ ਪਹਿਲਾ ਅਨੁਨਾਸਿਕ ਵਿਅੰਜਨ ਦੂਜਾ ਸਧਾਰਨ ਵਿਅੰਜਨ अनुनासिकी व्यंजन अनुनासिकी व्यंजन ਉਹ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਅੰਗਾ ਯਈਆ ਣਾਣਾ ਨੰਨਾ ਮੰਮਾ ਸਧਾਰਨ ਵਿਅੰਜਨ ਅਨੁਨਾਸਕੀ ਵਿਅੰਜਨਾਂ ਨੂੰ ਛੱਡ ਕੇ ਬਾਕੀ ਸਾਰੇ ਵਿਅੰਜਨ ਸਧਾਰਨ ਵਿਅੰਜਨ ਹੁੰਦੇ ਹਨ ਗੁਰਮੁਖੀ ਵਿੱਚ 5 ਅਨੁਨਾਸਕੀ ਵਿਅੰਜਨ ਹਨ ਦੁੱਤ ਅੱਖਰ ਜਿਹੜੇ ਅੱਖਰ ਕਿਸੇ ਦੂਜੇ ਅੱਖਰ ਦੇ ਪੈਰਾਂ ਵਿੱਚ ਲੱਗਦੇ ਹਨ ਉਹ ਦੁੱਤ ਅੱਖਰ ਖਵਾਉਂਦੇ ਹਨ ਪੰਜਾਬੀ ਵਿੱਚ ਤਿੰਨ ਦੁੱਤ ਅੱਖਰ ਹਨ ਹਾ ਹ ਜੜ ਪੜ ਗੜ ਰਾਰਾ ਪ੍ਰਤਾਪ ਗ੍ਰੰਥ ਪ੍ਰਸ਼ਨ ਵਾ ਵ ਸਵੈਮਾਨ ਸਵੈ ਵਿਸ਼ਵਾਸ ਸਵੈ ਪ੍ਰਕਾਸ਼ ਧਿਆਨ ਦੇਣ ਯੋਗ ਊੜਾ ਐੜਾ ਈੜੀ ਸਵਰ ਅੱਖਰਾਂ ਨਾਲ ਸਾਰੀਆਂ ਲਗਾਣ ਨਹੀਂ ਲੱਗਦੀਆਂ ਅਤੇ ਬਾਕੀ ਸਾਰੇ ਵਿਅੰਜਨ ਅੱਖਰਾਂ ਨਾਲ ਸਾਰੀਆਂ ਮਾਤਰਾਵਾਂ ਲਗਦੀਆਂ ਹਨ ਆਓ ਦੁਹਰਾਈਏ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਅੱਖਰ ਜਾਂ ਵਰਨ ਕਹਿੰਦੇ ਹਨ ਅੱਖਰ ਜਾਂ ਵਰਨ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਸਵਰ ਅਤੇ ਵਿਅੰਜਨ ਪੰਜਾਬੀ ਭਾਸ਼ਾ ਵਿੱਚ ਊੜਾ ਐੜਾ ਈੜੀ ਤਿੰਨ ਸਵਰ ਹਨ ਪੰਜਾਬੀ ਵਰਣਮਾਲਾ ਵਿੱਚ ਸ ਸ ਤੋਂ ਲੈ ਕੇ ਲੱਲੇ ਪੈਰ ਬਿੰਦੀ ਲ ਤੱਕ 38 ਵਿਅੰਜਨ ਹੁੰਦੇ ਹਨ ਵਿਅੰਜਨ ਦੋ ਕਿਸਮ ਦੇ ਹੁੰਦੇ ਹਨ ਅਨੁਨਾਸਕੀ ਵਿਅੰਜਨ ਅਤੇ ਸਧਾਰਨ ਵਿਅੰਜਨ